ਸਸਰੀਕਾਲ ਸੁਣਿਓ ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਤੇ ਸਵਾਗਤ ਕਰਦਾ ਸਭ ਦਾ ਪੀਟੀਸੀ ਸਪੋਟਲਾਈਟ ਦੇ ਵਿੱਚ। ਸੋ ਦੋਸਤੋ ਪੀਟੀਸੀ ਸਪੋਟਲਾਈਟ ਅੱਜ ਬੜਾ ਹੀ ਕਮਾਲ ਦਾ ਬੜਾ ਹੀ ਖਾਸ ਹੋਣ ਵਾਲਾ ਜੀ, ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਗੁਰਦਾਸਪੁਰ ਤੋਂ ਦਿੱਲੀ ਤੱਕ ਦੇ ਸਫ਼ਰ ਦੀ, ਯਾਨੀ ਕਿ ਸਾਡੇ ਉਹ ਸਿੰਗਰ ਜਿਨ੍ਹਾਂ ਨੇ ਗੁਰਦਾਸਪੁਰ ਤੋਂ ਦਿੱਲੀ ਬੜੇ ਹੀ ਕਮਾਲ ਦੇ ਤਰੀਕੇ ਨਾਲ ਆਪਣਾ ਸਫ਼ਰ ਮੁਕੰਮਲ ਕੀਤਾ ਜੀ। ਮੈਂ ਗੱਲ ਕਰ ਰਿਹਾ ਸੁੱਖਾ ਦਿੱਲੀ ਵਾਲਾ ਦਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਭਾਅ ਜੀ, ਸਵਾਗਤ ਹੈ ਭਾਅ ਜੀ ਤੁਹਾਡਾ ਪੀਟੀਸੀ ਸਪੋਟਲਾਈਟ। ਥੈਂਕ ਯੂ, ਥੈਂਕ ਯੂ ਭਾਅ ਜੀ, ਮੈਨੂੰ ਬੜਾ ਅੱਛਾ ਲੱਗਾ ਆ ਕੇ। ਮੇਰੀ ਬੜੀ ਤਮੰਨਾ ਸੀ ਮੈਂ ਮੇਰੀ ਇੰਟਰਵਿਊ ਜਿਹੜੀ ਪੀਟੀਸੀ ਦੇ ਹੋਏ। ਭਾਅ ਜੀ ਵੈਸੇ ਮੇਰੇ ਦਿਲ 'ਚ ਪਤਾ ਗੱਲ ਚੱਲ ਰਹੀ ਹੈ। ਹਾਂਜੀ ਹਾਂਜੀ, ਇੱਕ ਦੀ ਘੂਰੀ ਚੈਨ ਦੀ ਕੱਢ ਲੈਣਾ ਮੇਰਾ ਜਾਣੀ। ਪਹਿਲਾਂ ਰਾਖੀ ਸਾਹਿਬ ਮੇਰੇ ਪਿੱਛੇ ਪਈ ਸੀ, ਮੈਨੂੰ ਚੈਨੀ ਦੇ ਦੇ, ਮੈਂ ਗੱਡੀ ਲੈਣੀ ਆ। ਨਹੀਂ ਵੈਸੇ ਜਿੰਨੀ ਕੁ ਮੋਟੀ ਮੈਨੂੰ ਲੱਗਦਾ ਇੱਕ ਨਾਲ ਤੇ ਗੱਡੀ ਆ ਜਾਣੀ ਭਾਅ ਜੀ। ਹਾਂ ਹਾਂ, ਸੱਚ ਹੈ। ਕਿਆ ਬਾਤ। ਹਾਂਜੀ, ਅੱਛਾ ਭਾਅ ਜੀ, ਬੜੇ ਹੀ ਟ੍ਰੈਂਡਿੰਗ ਲੱਗ ਰਹੇ ਹੋ ਅੱਜ, ਕਮਾਲ ਲੱਗ ਰਹੇ ਹੋ। ਸੋ ਲੁੱਕ ਤੇ ਕੰਮ ਆਪ ਹੀ ਕਰਦੇ ਹੋ ਜਾਂ ਕਿੱਦਾਂ? ਅਸਲ 'ਚ ਭਾਅ ਜੀ, ਮਤਲਬ ਇੱਕ ਸ਼ਾਹਰੁਖ ਖਾਨ ਸਾਹਿਬ ਦੇ ਜਿਹੜੇ ਹੈਗੇ ਆ ਡਿਜ਼ਾਈਨਰ, ਮਤਲਬ ਹਾਂਜੀ, ਅਤੇ ਮੈਂ ਉਹਨਾਂ ਤੋਂ ਆਪਣਾ ਡਿਜ਼ਾਇਨ ਕਰਾਉਣ ਲੱਗਾ ਕੱਪੜੇ ਵੀ, ਤਾਂ ਉਹਨਾਂ 2-3 ਘੰਟੇ ਲਾ ਕੇ ਫਿਰ ਮੇਰਾ ਵੀਡੀਓ ਦੇਖਿਆ, ਮੇਰਾ ਔਰ ਮੀਕਾ ਸਿੰਘ ਦਾ ਇੱਕ ਵੀਡੀਓ ਆਇਆ ਸੀ, ਔਰ ਉਹ ਦੇਖਿਆ, ਉਹ ਕਹਿੰਦੇ ਇਹ ਜੋ ਹੈ ਇਹ ਰਹਿਣ ਦਿਓ, ਮਤਲਬ ਹਾਂਜੀ, ਮਤਲਬ ਮੈਂ ਕੁਛ ਵੀ ਨਹੀਂ ਕਰਦਾ ਹੈਗਾ, ਬਾਲਾਂ ਨੂੰ ਕਦੇ ਕੰਘਾ ਲਾਉਂਦਾ, ਬਸ ਇੰਨਾ ਕਰ ਦਿੰਦਾ, ਬਸ ਹਿਲਾ ਦਿੰਦਾ, ਹੈ ਨਾ, ਉਹ ਸਟਾਈਲ ਬਣ ਜਾਂਦਾ। ਹਾਂ ਬਿਲਕੁਲ ਬਿਲਕੁਲ ਭਾਅ ਜੀ, ਸਹੀ ਆ। ਅੱਛਾ, ਇੱਕ ਸਮਾਂ ਉਹ ਵੀ ਸੀਗਾ ਜਦੋਂ ਜੇਬ 'ਚ 200 ਰੁਪਇਆ ਵੀ ਨਹੀਂ ਸੀਗਾ, ਹੈ ਨਾ, ਕਿਰਾਇਆ ਭਰਨ ਦੇ ਲਈ ਕਰਦਾ ਜਾਂ ਆਮ ਖਰਚਿਆਂ ਦੇ ਲਈ। ਹੁਣ ਇੱਕ ਉਹ ਵੀ ਸਮਾਂ ਹੈ ਕਿ ਜਦੋਂ ਬੰਦਾ ਕਹਿੰਦਾ ਕਿ ਬਈ ਜੇ ਮੈਂ ਇੰਨੀ ਕੁ ਵਿਚਾਰ ਨਾਲੋਂ ਲਾ ਲਈ ਤਾਂ ਮੇਰੀ ਗੱਲ ਬਣ ਜਾਣੀ, ਹੈ ਨਾ। ਸੋ ਇਹ ਜਿਹੜਾ ਚੇਂਜ ਆ, ਕੀ ਮਹਿਸੂਸ ਕਰਦੇ ਉਹਦੇ ਬਾਰੇ? ਭਾਅ ਜੀ ਦੇਖੋ, ਅਸਲ 'ਚ ਸ਼ਾਹਰੁਖ ਖਾਨ ਸਾਹਿਬ ਦੇ ਬੇਟੇ ਨੂੰ ਮਜ਼ਾ ਨਹੀਂ ਆਏਗਾ ਸਟਾਰ ਬਣਦਾ। ਅੱਛਾ ਜੀ, ਸਹੀ ਗੱਲ ਹੈ ਨਾ। ਐਜ ਏ ਸਟਾਰ ਦਾ ਉਹੀ ਮਜ਼ਾ ਜਦੋਂ ਬੰਦਾ ਗਰੀਬੀ ਤੋਂ, ਵੈਸੇ ਮੇਰੀ ਫੈਮਿਲੀ ਅੱਛੀ ਸੀ, ਮਤਲਬ ਸਾਡੀ ਜ਼ਮੀਨ ਜਮਾਨ ਸਭ ਕੁਝ ਓਕੇ ਆ ਗਾਉਂ, ਮਤਲਬ ਪਿੰਡ, ਔਰ ਮੈਂ ਛੋਟਾ ਜਿਹਾ ਮੁੰਬਈ ਚਲ ਗਿਆ ਸੀ, ਹਾਂਜੀ, ਫਿਰ ਦਿੱਲੀ ਆ ਗਿਆ। ਔਰ ਜਿਹੜਾ ਹੁਣ ਸਵਾਦ ਜਿਹਾ ਆ ਰਿਹਾ ਨਾ, ਮਤਲਬ ਕਿ ਉਹ ਪਿਛਲਾ ਸਮਾਂ ਦੇਖ ਕੇ ਯਾਰ 200 ਰੁਪਇਆ ਕਿਰਾਇਆ ਦੇ ਹੁੰਦਾ ਸੀ, ਹੈ ਨਾ, ਔਰ ਕਈ ਵਾਰੀ ਮੈਂ ਫੜਿਆ ਗਿਆ ਬੱਸ 'ਤੇ, ਮਤਲਬ ਸਫ਼ਰ ਕਰਦਾ, ਟਿਕਟ ਨਹੀਂ ਲੈਂਦਾ ਸੀ ਦਿੱਲੀ ਦੇ ਵਿੱਚ, ਮਤਲਬ। ਅੱਛਾ ਜੀ, ਹੈ ਨਾ। ਅਤੇ ਉਹ ਜਿਹੜਾ ਹੁਣ ਸਵਾਦ, ਅਸਲ 'ਚ ਇਹ ਸਵਾਦ ਇੱਕ ਅਲੱਗ ਬਾਤ ਹੈ, ਨਾ ਕਿ ਇੱਕ ਉਦਯੋਗਪਤੀ ਦਾ ਬੇਟਾ ਸਟਾਰ ਜਦੋਂ ਬਣਦਾ ਉਹਨੂੰ ਕੀ ਸਵਾਦ ਆ, ਉਹਦੀਆਂ ਇੰਪੋਰਟੈਂਟ ਗੱਡੀਆਂ ਪਹਿਲਾਂ ਹੀ ਹੈਗੀਆਂ, ਪਹਿਲਾਂ ਘੈਂਟ ਘੈਂਟ ਕੱਪੜੇ ਬਣਦੇ, ਮਤਲਬ, ਹੈ ਨਾ, 5 ਸਟਾਰ 7 ਸਟਾਰ 'ਤੇ ਖਾਣਾ ਖਾਣਾ ਰਹਿਣਾ ਉਹਨਾਂ ਨੇ। ਹੁਣ ਅਸੀਂ ਸਾਡੇ ਕੋਲ ਰਹਿਣ ਦੀ ਬੜੀ ਪ੍ਰੋਬਲਮ ਸੀ ਮੁੰਬਈ ਵਿੱਚ ਸਪੈਸ਼ਲੀ, ਮਤਲਬ ਕਿਰਾਏ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ, ਅਤੇ ਹੁਣ ਅਗਰ ਸਾਡਾ 4 ਬੈਡਰੂਮ ਦਾ ਜਾਂ 5 ਬੈਡਰੂਮ ਦਾ ਘਰ ਆ, ਤਾਂ ਸਵਾਦ ਜਾਂਦਾ, ਮਤਲਬ ਬਿਲਕੁਲ ਦਿਲਕੁਲ ਜਦੋਂ 0 ਤੋਂ ਹੀਰੋ ਬਣਦਾ ਨਾ ਬੰਦਾ, ਉਹਦਾ ਸਵਾਦ ਆ ਭਾਅ ਜੀ। ਹਾਂਜੀ ਭਾਅ ਜੀ, ਇੱਕ ਤਾਂ ਹੁੰਦਾ ਬੰਦਾ ਜ਼ਮੀਨ 'ਤੇ, ਮੈਂ ਤਾਂ ਜ਼ਮੀਨ ਤੋਂ 1000 ਕਿਲੋਮੀਟਰ ਥੱਲੇ ਸੀ। ਹਾਂਜੀ, ਬਹੁਤ ਸਾਰੀਆਂ ਲਾਈਫ 'ਚ ਪ੍ਰੋਬਲਮ ਆਈਆਂ, ਵੈਸੇ ਵੀ ਪਿੱਛੇ 6-7 ਸਾਲ ਮੇਰੇ ਲਾਈਫ ਦੇ ਖਰਾਬ ਹੋਏ, ਸ਼ਾਇਦ ਤੁਹਾਨੂੰ ਪਤਾ ਹੀ ਹੋਣਾ। ਹਾਂਜੀ, ਤਾਂ ਮੇਰਾ 21 ਅਗਸਤ 2013 ਨੂੰ ਉਹ ਮਾਮਲਾ ਓਕੇ ਹੋਇਆ, ਉਸ ਤੋਂ ਬਾਅਦ ਫਿਰ ਗਾਣੇ ਆਉਣੇ ਸ਼ੁਰੂ ਹੋਏ। ਸਹੀ ਹੈ। ਅੱਛਾ ਭਾਅ ਜੀ, ਅਗਰ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ਕਿੰਨਾ ਕੁ ਟੱਫ ਰਿਹਾ ਤੁਹਾਡੇ ਲਈ? ਬਹੁਤ ਜ਼ਿਆਦਾ ਟੱਫ, ਮਤਲਬ ਮੈਂ ਗੰਧਰ ਮਹਾਵਿਦਿਆਲਿਆ ITO ਗਾਣਾ ਸਿੱਖਦਾ ਹੁੰਦਾ ਸੀ। ਅੱਛਾ ਜੀ। ਔਰ ਇੰਨਾ ਕੁ ਬੁਰਾ ਹਾਲ ਸੀ ਕਿ ਰੋਟੀ ਕਿੱਥੋਂ ਅੱਜ ਖਾਵਾਂਗੇ, ਸ਼ਾਮੀ ਕਿੱਥੋਂ ਖਾਣੀ ਹੈ, ਰਾਤ ਨੂੰ ਕਿੱਥੇ ਖਾਣੀ ਹੈ, ਜੇ ਗਲਤੀ ਨਾ ਕੋਈ ਕਿਸੇ ਦੇ ਘਰ ਜਾਂਦੇ ਸੀ ਆਪਾਂ, ਬਹੁਤ ਸਾਰੇ ਹੋਰ ਵੀ ਸਿੰਗਰ ਆ ਜੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮਤਲਬ ਆਪ ਹੀ ਉਹ ਨਾਂ ਲੈਣ, ਸੱਚੀ ਗੱਲ ਹੈ ਨਾ। ਅਤੇ ਕਈ ਵਾਰੀ ਹੁੰਦਾ ਯਾਰ 2 ਕੁ ਵੱਜ ਗਿਆ, 2-3 ਹੋਰ ਖਾ ਲਓ, ਰਾਤ ਦਾ ਸਮਾਂ ਨਿਕਲ ਜਾਏਗਾ। ਅੱਛਾ, ਹੈ ਨਾ, ਬਹੁਤ ਜ਼ਿਆਦਾ, ਮਤਲਬ ਕਦੇ ਕਦੇ ਮੈਂ ਰੋਂਦਾ ਹੁੰਦਾ ਸੀ ਯਾਰ, ਮੈਂ ਇੰਨੇ ਵਧੀਆ ਘਰ ਤੋਂ ਬਿਲੋਂਗ ਕਰਦਾ, ਨਾ ਮੈਂ ਪਿੰਡ ਜਾ ਸਕਦਾ ਸੀ, ਹੈ ਨਾ, ਅਤੇ ਇੱਥੇ ਮੈਂ ਰਹਿ ਨਹੀਂ ਸਕਦਾ ਸੀ। ਫਿਰ ਇੱਕ ਬਾਲੀਵੁੱਡ ਦੇ ਬਹੁਤ ਵੱਡੇ ਸਟਾਰ, ਉਹਨਾਂ ਨੇ ਮੈਨੂੰ, ਉਹ ਵੀ ਸਟਰਗਲ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ। ਅੱਛਾ ਜੀ। ਔਰ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਕਿ ਸੁੱਖੇ ਤੂੰ ਔਰਕਸਟਰਾ ਜੁਆਇਨ ਕਰ, ਮਤਲਬ ਫਿਰ 50 ਰੁਪਏ 'ਚ, ਫਿਰ 100 'ਚ, ਫਿਰ 200, ਫਿਰ 500। ਅੱਛਾ ਜੀ। ਐਵੇਂ ਕਰਕੇ ਮਤਲਬ ਕਿ ਹਾਂ, ਉਹ ਜਿਹੜੀ ਸਟਰਗਲ ਅਸੀਂ ਕੀਤੀ ਸੀ, ਹੁਣ ਬਹੁਤ ਜ਼ਿਆਦਾ ਉਹ ਕੰਮ ਆਉਂਦੀ ਹੈ ਕਿ ਦਿੱਲੀ ਦਾ ਸਿੰਗਰ ਜਿਹੜਾ ਔਰਕਸਟਰਾ ਸਿੰਗਰ ਹੁੰਦਾ ਨਾ ਭਾਅ ਜੀ, ਅੱਜ ਮੈਂ 500 ਰੁਪਏ 'ਚ ਕਾਨਪੁਰ ਗਿਆ ਸੀ ਗਾਉਣ ਵਾਸਤੇ, 1500 ਰੁਪਏ 'ਚ ਕੋਚੀਨ ਗਿਆ ਸੀ। ਅੱਛਾ। ਮੈਨੂੰ ਮੈਨੂੰ ਪਤਾ ਹੈ ਕਿ ਮੈਂ ਅਗਰ ਜੇ ਬਿਹਾਰ 'ਚ ਜਾਣਾ, ਉੱਥੇ ਮੈਂ ਕੀ ਗਾਣਾ ਜਾ ਕੇ, ਸਹੀ ਹੈ ਨਾ, ਉੱਥੇ ਪੰਜਾਬੀ ਗਾਣੇ ਤਾਂ ਚੱਲਣੇ ਨਹੀਂ ਹੈਗੇ। ਬਿਲਕੁਲ। ਕੇਰਲਾ ਜਦ ਮੈਂ ਹੁਣ ਲਾਸਟ ਸ਼ੋਅ ਮੈਂ ਕੀਤਾ ਜਦੋਂ ਥੋੜ੍ਹਾ ਨਾਂ ਹੋ ਗਿਆ, ਮਤਲਬ, ਤਾਂ ਮੈਨੂੰ ਪਤਾ ਕਿ ਕੇਰਲਾ ਕੀ ਚੱਲਦਾ, ਉੱਥੇ ਕੀ ਗਾਇਆ 2 ਘੰਟੇ, ਮੈਨੂੰ ਆਪ ਨਹੀਂ ਪਤਾ, ਬਾਲ ਬੁਲ ਲਾ ਕੇ ਬਸ ਉਹਨਾਂ ਨੂੰ ਤਾਂ ਪੰਜਾਬੀ ਤਾਂ ਹਿੰਦੀ ਵੀ ਨਹੀਂ ਆਉਂਦੀ ਉਹਨਾਂ ਨੂੰ, ਅਤੇ ਔਰਕੈਸਟਰ ਦਾ ਖੇਡਿਆ ਹੋਇਆ ਖਿਡਾਰੀ ਉਹ ਪੂਰੇ ਹਿੰਦੁਸਤਾਨ 'ਚ, ਪੂਰੇ ਵਰਲਡ 'ਚ ਕਦੇ ਮਾਰ ਨਹੀਂ ਖਾ ਸਕਦਾ। ਬਿਲਕੁਲ ਬਿਲਕੁਲ, ਹੈ ਨਾ, ਮੇਰੇ ਕੋਲ ਭਾਵੇਂ ਪੋਪ ਫੋਕ, ਮੈਨੂੰ ਪਿੰਡ 'ਚ ਲੈ ਜਾਓ ਗਾਉਣ ਵਾਸਤੇ, ਮੈਂ ਪੇਂਡੂ ਗਾਵਾਂਗਾ, ਮਤਲਬ ਦਿੱਲੀ ਲੈ ਜਾਓ, ਬਿਹਾਰ 'ਚ ਲੈ ਜਾਓ, ਯੂਪੀ ਲੈ ਜਾਓ। ਹੁਣੇ ਅਸੀਂ ਸ਼ੋਅ ਕਰਕੇ ਗਏ ਹਾਂ ਰਾਣਾ ਭਾਅ ਜੀ ਤੇਜਪੁਰ, ਹਾਂਜੀ, ਤੇਜਪੁਰ ਆਸਾਮ 'ਚ ਪੈਂਦਾ, ਉੱਥੇ ਵੀ ਪੰਜਾਬੀ ਬਹੁਤ ਸਾਰੇ ਘੱਟ ਆ, ਸਾਡੀ ਮੇਰੀ ਪੰਜਾਬ ਨਾਲੋਂ ਜ਼ਿਆਦਾ, ਮੇਰੇ ਸਾਡੀ ਜਿਹੜੀ ਮਾਰਕੀਟ ਆ ਦਿੱਲੀ, ਬੰਬੇ ਕਲਕੱਤੇ, ਮਦਰਾਸ, ਇੱਧਰ ਉੱਧਰ ਜ਼ਿਆਦਾ ਹੈ, ਮਤਲਬ ਅਰਬਨ ਮਾਰਕੀਟ ਤੁਹਾਡੇ। ਹਾਂ ਹਾਂ, ਬਿਲਕੁਲ ਬਿਲਕੁਲ, ਕਿਉਂਕਿ ਲੁੱਕ ਵੀ ਉਹੋ ਜਿਹੀ ਆ, ਗਾਇਕੀ ਵੀ ਉਹੋ ਜਿਹੀ ਆ, ਉਹ ਕਰਨਾ ਹੀ ਪੈਂਦਾ ਭਾਅ ਜੀ ਹੋਰ, ਹੈ ਨਾ। ਅੱਛਾ, ਇੱਕ ਸਵਾਲ ਦਿਲ 'ਚ ਆ ਰਿਹਾ ਕਿ ਉਹ ਕਿਹੜੀ ਚੀਜ਼ ਸੀਗੀ
ਅਸਲ 'ਚ ਮੇਰੀ ਹੈਲਪ ਜਿਹੜੀ ਹੈਗੀ ਆ ਮੇਰੀ ਲਾਈਫ 'ਚ, ਮੈਂ ਪਹਿਲਾਂ ਦੱਸਿਆ ਕਿ ਬਹੁਤ ਜ਼ਿਆਦਾ ਇੰਨੀ ਕਿਸੇ ਵੀ ਸਿੰਗਰ ਨੂੰ ਨਹੀਂ ਕਰਨੀ ਪਈ। ਮੈਂ ਬਹੁਤ ਬੁਰੀ ਤਰ੍ਹਾਂ ਮੇਰਾ ਕੰਮ ਖਰਾਬ ਹੋ ਗਿਆ ਸੀ ਕੋਈ ਮਤਲਬ। ਅੱਛਾ ਜੀ। ਔਰ ਆਫਟਰ ਇੰਟਰਵਿਊ ਮੈਂ ਦੱਸਾਂਗਾ ਤੁਹਾਨੂੰ। ਹਾਂਜੀ। ਔਰ ਫਿਰ ਉਸ ਤੋਂ ਬਾਅਦ ਜ਼ਾਕਰ ਸ਼ੇਖ ਦੁਬਈ ਤੋਂ ਮਤਲਬ ਮੇਰੀ, ਉਹਨਾਂ ਨੇ ਹੈਲਪ ਕੀਤੀ। ਬੋਬੀ ਭਾਅ ਜੀ ਹੈ, ਜਿੰਦਾ ਭਾਅ ਜੀ ਅਮੈਰੀਕਾ ਦੇ ਵਿੱਚ। ਅੱਛਾ ਜੀ। ਔਰ ਗੋਲਡੀ ਭਾਅ ਜੀ ਹੈਗੇ ਨੇ, ਮਤਲਬ ਇਹ 5-7 ਲੋਕ ਜਿਹਨਾਂ ਨੇ ਮਤਲਬ ਕਰਨ ਭਾਅ ਜੀ ਹੈਗੇ ਨੇ ਹਿਮਾਚਲ ਤੋਂ ਬਿਲੋਂਗ ਕਰਦੇ ਆ। ਹਾਂਜੀ। ਇਹ ਲੋਕਾਂ ਨੇ ਫਿਰ ਦੁਬਾਰਾ ਸੁੱਖਾ ਦਿੱਲੀ ਵਾਲਾ ਪੈਦਾ ਕੀਤਾ ਮਤਲਬ। ਸਹੀ ਸਹੀ ਗੱਲ। ਨਹੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਸੀ ਕਿ ਸੁੱਖਾ ਤਾਂ ਗਿਆ, ਹੁਣ ਸੁੱਖਾ ਤਾਂ ਗਿਆ। ਮੇਰਾ ਹਿੱਟ ਉਸ ਵੇਲੇ ਮੇਰਾ ਹਿੱਟ ਗਾਣਾ ਸੀ, ਜੁੱਤੀ ਝਾੜ ਕੇ ਚੜ੍ਹੀ ਮੁਟਿਆਰੇ ਗੱਡੀ ਅਸ਼ਕੀਨ ਜੱਟ ਦੀ। ਭਾਅ ਜੀ ਆਪਾਂ ਸੁਣਨਾ ਬਸ ਉਹ ਹੁਣੇ। ਬਿਲਕੁਲ ਬਿਲਕੁਲ ਭਾਅ ਜੀ, ਫਿਰ ਇੱਕ ਵਾਰੀ। ਉਹ ਦਿੱਲੀ ਕਦੇ ਬੰਬੇ ਕਦੇ ਜਾਂਦੀ ਹੈ ਉਹ ਚੰਬੇ ਹਾਏ, ਦਿੱਲੀ ਕਦੇ ਬੰਬੇ ਕਦੇ ਜਾਂਦੀ ਹੈ ਉਹ ਚੰਬੇ ਗੱਲ, ਸੱਚੀ ਸਾਡੀ 16 ਨੇ ਨਾਰੇ ਨੀ, ਗੱਡੀ ਹੈ ਸ਼ੁਕੀਨ ਜੱਟ ਦੀ, ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ, ਗੱਡੀ ਹੈ ਸ਼ੁਕੀਨ ਜੱਟ ਦੀ। ਹਰ ਟਰੱਕ ਦੇ ਪਿੱਛੇ ਮੈਂ ਲੰਡਨ ਤੋਂ ਆਇਆ, ਮਤਲਬ ਜਦ ਮੈਂ ਆਇਆ ਏਅਰਪੋਰਟ ਦੇ ਉੱਤਰ ਇੰਦਰਾ ਗਾਂਧੀ ਏਅਰਪੋਰਟ 'ਤੇ, ਅਤੇ 2-3 ਮਤਲਬ ਗੱਡੀਆਂ ਦੇ ਮੈਂ ਲਿਖਿਆ ਗੱਡੀ ਹੈ ਸ਼ੁਕੀਨ ਜੱਟ ਦੀ, ਜੁੱਤੀ ਝਾੜ ਕੇ। ਇਹ 'ਚ ਮਿਊਜ਼ਿਕ ਜੋ ਮੀਕਾ ਸਿੰਘ ਨੇ ਭਾਅ ਜੀ ਨੇ ਕੀਤਾ ਸੀ। ਬਿਲਕੁਲ। ਔਰ ਜਿਹੜੇ ਸਟਿੱਕਰ ਬਣੇ ਹੋਏ ਸੀ ਮੇਰੇ ਔਰ ਮੀਕਾ ਭਾਈ ਦੇ, ਦੋਨਾਂ ਦੇ ਮਤਲਬ ਗੱਡੀਆਂ 'ਚ, ਮੈਂ ਜਦੋਂ ਵੇਖਿਆ ਮੈਂ ਕਿਹਾ ਯਾਰ ਹੁਣ ਸਵਾਦ ਆਇਆ ਮਤਲਬ। ਕਿਆ ਬਾਤ ਹੈ। ਹਾਲਾਂਕਿ ਉਹ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੋਂ ਨਵੇਂ ਸਾਲ 'ਤੇ ਮੈਂ ਗਿਆ ਸੀ। ਉਹ ਤੇਰੇ ਨਾਂ 'ਤੇ ਗਹਿਣੇ ਰੱਖਤਾ ਕਿੱਲਾ ਇੱਕ ਜ਼ਮੀਨ ਦਾ, ਮੁੰਡਿਆਂ ਨੇ ਠੇਕਾ ਚੱਕਦੇ ਆ, ਮੁੰਡਿਆਂ ਨੇ ਠੇਕਾ ਲੈ ਲਿਆ ਤੇਰੇ ਕਾਲਜ ਦੀ ਕੰਟੀਨ ਦਾ। ਹਾਂਜੀ, ਮਤਲਬ ਸਾਰੇ ਗਾਣੇ ਆਪਾਂ ਚੱਕ ਵੀ ਰੱਖੇ ਹਨ। ਬਿਲਕੁਲ। ਅਸਲ 'ਚ ਸੈਡ ਜੋ ਮੇਰੇ ਗਲੇ ਨੂੰ ਜਾਂ ਸ਼ੂਟ ਹੀ ਨਹੀਂ ਕਰਦਾ, ਅਗਰ ਮੈਂ ਸੈਡ ਗਾਣਾ ਸ਼ਾਇਦ ਉਹ ਲੋਕਾਂ ਨੂੰ ਟਰਾਈ ਕੀਤਾ ਭਾਈ ਕਿਤੇ ਸੈਡ। ਹਾਂ ਹਾਂ, ਕੋਈ ਸੁਣਾਓ ਮੈਂ ਕਿੱਦਾਂ ਦੇ। ਇੱਕ ਕਾਕਾ ਪੀਰਪੁਰੀ ਆ, ਬਾਹਰ ਰਹਿੰਦੇ ਸਪੇਨ 'ਚ, ਉਹਨਾਂ ਦਾ ਲਿਖਿਆ ਗਾਣਾ ਇੱਦਾਂ ਅਸੀਂ। ਉਹ ਦੁੱਖ ਸੁਣ ਸਾਡਾ ਆਇਓ ਫੁੱਲ ਨਾ ਮਹਿਕਣ, ਹਾਏ ਰੋਵਣ ਲੱਗੀਆਂ ਕਲੀਆਂ ਨੇ, ਜਿੱਥੇ ਹੋਏ ਬਰਬਾਦ ਅਸੀਂ ਉਹ ਸ਼ਹਿਰ ਤੇਰੇ ਦੀਆਂ ਗਲੀਆਂ ਨੇ, ਜਿੱਥੇ ਹੋਏ ਬਰਬਾਦ ਅਸੀਂ ਉਹ ਸ਼ਹਿਰ ਤੇਰੇ ਦੀਆਂ ਗਲੀਆਂ ਨੇ, ਹਾਏ ਗਲੀਆਂ ਨੇ। ਨਹੀਂ ਭਾਈ ਇਹ ਸੋਹਣਾ ਗਾਉਂਦੇ ਯਾਰ, ਮਤਲਬ ਦੇਖੋ ਜੋ ਲੁੱਕ ਹੈ ਨਾ ਉਹਦੇ ਨਾਲ ਨਹੀਂ ਜਾਂਦਾ ਕਿ ਉਹ ਤੁਸੀਂ ਆਪਣੀ ਲੁੱਕ ਇਹਨੀ ਟ੍ਰੈਂਡੀ ਬਣਾ ਲਈ। ਮਤਲਬ ਹੁਣ ਮੈਂ ਸਟੇਜ ਤੇ ਜਾਵਾਂ, ਅਗਰ ਮੈਂ ਇਦਾਂ ਦਾ ਗਾਣਾ ਸ਼ੁਰੂ ਕਰਦਾ ਤੇ ਲੋਕਾਂ ਨੂੰ ਬਸ ਚਾਹੀਦਾ ਸੁੱਖਾ ਦਿੱਲੀ ਵਾਲਾ। ਹਾਂ, ਮੇਰਾ ਇੱਕ ਗੁਰਦਾਸਪੁਰ ਸ਼ੋਅ ਸੀ ਬਟਾਲੇ, ਸ਼ਾਇਦ ਪਤਾ ਨਹੀਂ, ਮੈਂ ਬਾਲ ਛੋਟੇ ਕਰਾ ਲਏ ਆਪਣੇ। ਅੱਛਾ ਜੀ। ਅਤੇ ਕੋਈ ਵੀਡੀਓ ਐਸਾ ਸੀ, ਮਤਲਬ ਉਹਨਾਂ ਨੇ 1,40,000 ਰੁਪਇਆ ਮੇਰਾ ਦਿੱਤਾ ਨਹੀਂ, ਉਹ ਕਹਿੰਦੇ ਤੂੰ ਸੁੱਖਾ ਦਿੱਲੀ ਵਾਲਾ ਹੈ ਹੀ ਨਹੀਂ। ਉੱਥੋਂ 1-2 ਮਹੀਨੇ ਪਹਿਲਾਂ ਮੇਰਾ ਜਲੰਧਰ ਸ਼ੋਅ ਸੀ, ਉਹਨਾਂ ਮੈਨੂੰ ਜਲੰਧਰ ਤੋਂ ਬੁੱਕ ਕੀਤਾ ਸੀ, ਉਦਣ ਮੇਰੇ ਵਾਲ ਸੀਗੇ ਮਤਲਬ। ਅੱਛਾ ਜੀ। ਮੈਂ ਵਾਲ ਛੋਟੇ ਕਰਾ ਲਏ, ਬੜਾ ਤਗੜਾ, ਮਤਲਬ ਕਿ ਵਿੱਚ ਬੰਦੇ ਪੈ ਕੇ ਫਿਰ ਉਹਨਾਂ ਨੇ ਪੈਸੇ ਮੈਨੂੰ ਦਿੱਤੇ ਹੈ ਨਾ ਸਾਡਾ। ਅਗਰ ਮੈਂ ਸੈਡ ਗਾਵਾਂ ਤਾਂ ਲੋਕ ਮੈਨੂੰ ਲੱਗਦਾ ਕਿ ਮੈਨੂੰ ਪਸੰਦ ਨਹੀਂ ਕਰਦੇ। ਚਲੋ, ਕਿਆ ਬਾਤ ਹੈ ਭਾਈ, ਗੱਲਾਂ ਦਾ ਸਵਾਦ ਬਹੁਤ ਆ ਰਿਹਾ। ਹੁਣ ਗੱਲ ਕਰਾਂਗੇ ਤੁਹਾਡੇ ਲੇਟੈਸਟ ਟਰੈਕ ਦੇ ਬਾਰੇ, ਪਰ ਉਹ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਬ੍ਰੇਕ ਲੈਂਦੇ ਹਾਂ ਜੀ। ਠੀਕ ਹੈ। ਤੇ ਸੋਹਣਾ, ਤੁਸੀਂ ਕਿਤੇ ਨਹੀਂ ਜਾਣਾ ਚਾਹੀਦਾ, ਅਸੀਂ ਹੁਣੇ ਗਏ ਅਤੇ ਹੁਣੇ ਆਏ, ਮਿਲਦੇ ਹਾਂ ਨਿੱਕੇ ਜੇ ਬ੍ਰੇਕ ਦੇ ਉਸ ਪਾਰ। ਵੈਲਕਮ ਬੈਕ ਸੋਹਣਿਓ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਭ ਦਾ ਪੀਟੀਸੀ ਸਪੋਟ ਲਾਈਟ ਦੇ ਵਿੱਚ। ਅੱਜ ਗੱਲ ਕਰ ਰਹੇ ਸਾਡੇ ਬੜੇ ਖਾਸ ਮਹਿਮਾਨ ਸੁੱਖਾ ਦਿੱਲੀ ਵਾਲੇ ਦੇ ਨਾਲ। ਵੈਲਕਮ ਬੈਕ ਭਾਜੀ। ਥੈਂਕ ਯੂ ਦੀਪ ਭਾਜੀ, ਥੈਂਕ ਯੂ। ਅੱਛਾ ਭਾਜੀ, ਹੁਣ ਗੱਲ ਕਰਦੇ ਹਾਂ ਬੁਲਟ ਦੀ। ਹਾਂਜੀ। ਕਿਸੇ ਹੋਰ ਦੇ ਬੁਲਟ ਦੀ ਨਹੀਂ, ਤੁਹਾਡੇ ਲੇਟੈਸਟ ਟਰੈਕ ਬੁਲਟ। ਹਾਂਜੀ ਹਾਂਜੀ। ਸੋ ਇਹਦੀ ਪ੍ਰੈਪਰੇਸ਼ਨ ਜਿਹੜੀ, ਤਿਆਰੀ ਕਿਵੇਂ ਸੀਗੀ ਭਾਜੀ, ਕਿਵੇਂ ਹੋਈ ਸ਼ੁਰੂਆਤ? ਅਸਲ 'ਚ ਮੈਂ ਚਾਹੁੰਦਾ ਸੀ ਕੋਈ ਹਟ ਕੇ ਹੋਵੇ, ਮਤਲਬ ਹਰ ਬੰਦਾ ਤਾਂ ਹਟ ਕੇ ਕਰਦਾ, ਔਰ ਤੁਹਾਨੂੰ ਪਤਾ ਇਸ ਗੱਲ ਦਾ ਹੈ ਨਾ। ਅਤੇ ਮੈਂ ਚਾਹੁੰਦਾ ਸੀ ਕਿ ਯਾਰ ਮੇਰੇ 3-4 ਗਾਣੇ ਆਏ ਪਿੱਛੇ ਜੇ, ਮਤਲਬ 2015 ਤੋਂ ਲੈ ਕੇ 18 ਤੱਕ, ਮਤਲਬ ਸ਼ਹਿਰ ਤੇਰੇ ਦੀਆਂ ਗਲੀਆਂ, ਇੱਕ ਦੇਸੀ ਗੁਰੂ ਹੈਗੇ ਨੇ, ਵਧੀਆ ਮਿਊਜ਼ਿਕ ਡਾਇਰੈਕਟਰ ਨੇ, ਪੰਜਾਬ ਨੂੰ ਬਿਲੋਂਗ ਕਰਦੇ ਸ਼ਾਇਦ। ਹਾਂਜੀ। ਔਰ ਉਹਨਾਂ ਨਾਲ ਆਇਆ ਸੀ, ਉਹਨੇ ਤੇਰੇ ਸਿਰ 'ਤੇ ਨਹੀਂ ਵਾਲ ਸੋਹਣੀ, ਚੰਡੀਗੜ੍ਹ ਜਿੰਨੇ ਸਾਡੇ ਕੇਸ ਚੱਲਦੇ, ਅਤੇ ਉਹ ਫਿਰ ਦੁਬਾਰਾ ਫਿਰ ਕਾਲੀ ਦੀ ਕੰਟੀਨ ਦਾ ਮੈਂ ਗਾਇਆ ਗਾਣਾ, ਮਤਲਬ ਬਟ ਉਹ ਗੱਲ ਜੀ ਨਹੀਂ ਬਣੀ। ਮਤਲਬ ਫਿਰ ਰਾਣਾ ਵਿੰਡਲ ਵਾਲੇ ਮੇਰੇ ਬਹੁਤ ਅੱਛੇ ਦੋਸਤ ਨੇ, ਮਤਲਬ ਮੈਂ ਸਪੈਸ਼ਲ ਉਹਨੂੰ ਕਿਹਾ ਕਿ ਯਾਰ ਕੋਈ ਐਸੀ ਮੇਰੇ ਸਟਾਈਲ ਦਾ ਕੋਈ ਗਾਣਾ ਚਾਹੀਦਾ, ਕਿਉਂਕਿ ਅਸੀਂ 20-22 ਸਾਲ ਦੇ ਦੋਸਤ ਹੈ। ਹਾਂਜੀ। ਮੈਂ ਬਹੁਤ ਜਦੋਂ ਛੋਟਾ ਜਿਹਾ ਸੀ ਜਦੋਂ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਸੀ, ਮਤਲਬ ਮਾਨਕ ਸਾਹਿਬ ਨੇ ਬਹੁਤ ਉਹਨਾਂ ਨੂੰ ਗਾਇਆ ਹੋਇਆ। ਹਾਂਜੀ। ਔਰ ਫਿਰ ਉਹਨਾਂ ਨੇ ਮੇਰੇ ਸਟਾਈਲ ਦਾ ਗਾਣਾ ਬੁਲਟ ਜਾਂ ਵਾਲਾ ਸੈਲਫੀ ਕੁਈਨ ਹੈ ਨਾ, ਇਹ ਮੇਰੇ ਗਲੇ ਨੂੰ ਇੱਦਾਂ ਦੇ ਗਾਣੇ ਸ਼ੂਟ ਕਰਦੇ ਆ, ਅਤੇ ਅਸੀਂ ਫਿਰ ਬੁਲਟ ਨੂੰ ਰਿਕਾਰਡ ਕਰਕੇ ਲੰਡਨ 'ਚ ਇਹਨੂੰ ਰਿਕਾਰਡ ਕੀਤਾ, ਮਤਲਬ। ਅੱਛਾ ਜੀ। ਅਤੇ ਵੀਡੀਓ ਫਿਰ ਤੁਹਾਨੂੰ ਪਤਾ ਹੀ ਹੈ। ਅੱਛਾ, ਵੀਡੀਓ ਬੜੀ ਜ਼ਿਆਦਾ ਕਮਾਲ ਦੀ ਲੱਗ ਰਹੀ। ਮੈਨੂੰ ਲੱਗਦਾ ਕਿ ਜਿਹੜੀ ਪੰਜਾਬੀ ਵੀਡੀਓਜ਼ ਦੇ ਵਿੱਚੋਂ ਜਿਹੜੀ ਮਹਿੰਗੀਆਂ ਵੀਡੀਓਜ਼ ਅਗਰ ਗੱਲ ਕਰੀਏ ਤਾਂ ਉਹਨਾਂ 'ਚੋਂ ਇੱਕ ਵੀਡੀਓ ਤੁਹਾਡੀ ਮੈਂ ਕਹਾਂਗਾ ਸ਼ਾਇਦ, ਹੈ ਨਾ? ਬਿਲਕੁਲ ਭਾਅ ਜੀ, ਬਿਲਕੁਲ। ਕਾਫੀ ਜ਼ਿਆਦਾ ਤੁਸੀਂ ਭਾਅ ਜੀ, ਅਸਲ 'ਚ ਮਤਲਬ 2-2, 3-3, 4-4 ਲੱਖ ਨਾਲ ਗੱਲ ਨਹੀਂ ਬਣਦੀ, ਹੈ ਨਾ? ਮੈਂ ਬੜੇ ਕਰਕੇ ਦੇਖੇ ਨਹੀਂ, ਉਹ ਦੇਖਦਾ ਭਾਅ ਜੀ, ਚੈਨੀਆਂ ਦੱਸ ਰਹੀਆਂ 2-4 ਲੱਖ ਨਾਲ। ਮਤਲਬ ਅਸੀਂ ਨਾ ਖਲੀ ਭਾਅ ਜੀ ਦੇ ਸ਼ੋਅ ਕਰਦੇ ਸੀ, ਮਤਲਬ ਗ੍ਰੇਟ ਖਲੀ ਭਾਅ ਜੀ ਦੇ। ਮੈਂ ਲਗਭਗ ਉਹਨਾਂ ਦੇ ਨਾਲ ਹੁੰਦਾ, ਮਤਲਬ ਜਦ ਉਹਨਾਂ ਦਾ ਫਾਈਟ ਹੁੰਦੀ ਆ, ਉਹ ਤੋਂ ਪਹਿਲਾਂ ਮੈਂ ਰਾਖੀ ਸਾਵੰਤ, ਸਪਨਾ ਚੌਧਰੀ ਅਸੀਂ ਕਰਦੇ ਹਾਂ, ਮਤਲਬ ਪਰਫੋਰਮ ਕਰਦੇ ਹਾਂ ਪਹਿਲਾਂ, ਮਤਲਬ। ਠੀਕ ਹੈ ਜੀ।
ਔਰ ਉੱਥੇ ਰਾਖੀ ਨੂੰ ਵੈਸੇ ਮੈਂ 15-16 ਸਾਲ ਤੋਂ ਜਾਣਦਾ ਹੀ ਹਾਂ, ਬਟ ਇੰਨੇ ਅਸੀਂ ਕਲੋਜ਼ ਨਹੀਂ ਹੈਗੇ ਸੀ ਮਤਲਬ। ਫਿਰ ਰਾਖੀ ਨੂੰ ਲਿਆਉਂਦਾ ਇੱਥੇ, ਪਹਿਲੇ ਸਨੀ ਲਿਆਉਣੀ ਸਹੀ ਮੈਨੇ ਜਾਣਾ ਸੀ ਇਹਦੇ 'ਚ, ਕਨਫਰਮ ਸੀ ਬਿਲਕੁਲ ਸਨੀ ਲਿਆਉਣੀ। ਅਤੇ ਫਿਰ ਜਦ ਰਾਖੀ ਨੇ ਮੇਰੀ ਬਹੁਤ ਅੱਛੀ ਦੋਸਤੀ ਹੋ ਗਈ ਰਾਖੀ ਨੂੰ ਲਿਆ ਵਿੱਚ, ਔਰ ਮੇਰਾ ਖਿਆਲ ਕਿ ਜਿੰਨੀ ਕੋਈ ਘੈਂਟ ਵੀਡੀਓ ਲੋਕ ਬਣਾਉਂਦੇ ਆ ਨਾ, ਸਾਰੇ ਅੱਜ ਕੱਲ੍ਹ ਸਾਰੇ ਪੰਜਾਬੀ ਜਿੰਨੇ ਵੀ ਸਿੰਗਰ ਹੈਗਾ, ਮੈਂ ਬੜਾ ਪਸੰਦ ਸਾਰੇ ਪੰਜਾਬੀ ਸਿੰਗਰਾਂ ਨੂੰ ਕਰਦਾ, ਮਤਲਬ ਸਾਰੇ ਵਧੀਆ ਗਾਉਂਦੇ ਆ, ਵਧੀਆ ਮਿਊਜ਼ਿਕ ਹੁੰਦਾ ਸਭ ਦਾ, ਸਭ ਦੇ ਵਧੀਆ ਵੀਡੀਓ ਹੁੰਦੇ ਆ, ਪਰ ਇੱਕ ਵਧੀਆ ਵੀਡੀਓ ਤੋਂ ਜ਼ਿਆਦਾ ਪੇਮੈਂਟ ਰਾਖੀ ਸਾਹਿਬ ਤੋਂ ਲੈ ਗਈ। ਅੱਛਾ, ਰਾਖੀ ਸਾਹਿਬ ਦੇ ਵੀਡੀਓ ਦੇ ਵਿੱਚ ਆਉਣ ਦੇ ਨਾਲ ਕੁਛ ਵਾਧਾ ਹੋਇਆ ਕੁਛ? ਬਿਲਕੁਲ। ਕੀ ਹੋਇਆ ਜੀ? ਦੇਖੋ ਭਾਅ ਜੀ, ਫਸਟ ਤਾਂ ਜਦ ਸ਼ੂਟ ਹੋਇਆ ਸੀ ਗਾਣਾ, ਉਸ ਦਿਨ ਕੁਛ ਐਸੀ ਟ੍ਰੈਜਡੀ ਹੋ ਗਈ ਸੀ ਵਿੱਚ, ਮਤਲਬ ਫਿਰ ਦੁਨੀਆ ਨੂੰ ਪਤਾ ਮਤਲਬ, ਔਰ ਉਹ ਪੂਰਾ ਮੀਡੀਆ ਆਇਆ ਸੀ ਚੰਡੀਗੜ੍ਹ ਦੇ ਵਿੱਚ ਜ਼ੀਰਕਪੁਰ, ਉਹਨਾਂ ਨੇ ਮਤਲਬ ਰਾਖੀ ਨੇ ਕੋਈ ਐਸੀ ਗੱਲ ਕੀਤੀ ਮਤਲਬ ਜਿਹੜੀ ਕਿ ਪੂਰੀ ਮੀਡੀਆ ਨੇ ਉਛਾਲੀ ਗੱਲ ਉਹ, ਅਤੇ ਲੱਖਾਂ ਹੀ ਵਿਊ ਇੰਨੇ ਕੁ, ਗਾਣਾ ਪਹਿਲਾਂ ਹਿੱਟ ਹੋ ਗਿਆ ਸੀ ਜਿਸ ਦਿਨ ਸ਼ੂਟਿੰਗ ਹੋਈ ਸੀ, ਉਸ ਦਿਨ ਸਵੇਰ ਨੂੰ ਹਰ ਅਖਬਾਰ ਦੇ ਵਿੱਚ ਇਹ ਛਪਿਆ ਹੋਇਆ ਸੀ ਮਤਲਬ, ਹੈ ਨਾ। ਅਤੇ ਰਾਖੀ ਦਾ ਵਾਧਾ ਤਾਂ ਮੈਨੂੰ ਬਹੁਤ ਜ਼ਿਆਦਾ ਹੋਇਆ। ਅੱਜ ਸੁੱਖਾ ਦਿੱਲੀ ਵਾਲਾ ਲਗਾ ਲਓ, ਵੈਸੇ ਐਸਾ ਕੋਈ ਪੰਜਾਬੀ ਨਹੀਂ ਹੋ ਸਕਦਾ ਕਿ ਜਿਹੜੇ ਸੁੱਖਾ ਦਿੱਲੀ ਵੱਲ ਨਾ ਜਾਂਦਾ ਹੋਵੇ ਮਤਲਬ। ਬਿਲਕੁਲ। ਔਰ ਮੈਂ ਆਪਣਾ ਨਾਮ ਸੁੱਖਾ ਸਿੰਘ ਰੱਖਣ ਲੱਗਾ ਸੀ। ਅੱਛਾ। ਇੱਕ ਬੋਲੀਵੁੱਡ ਦਾ ਸਟਾਰ ਆ ਮਤਲਬ, ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਂਦਾ, ਮੈਂ ਜਾਣ ਬੁੱਝ ਕੇ ਕਿਸੇ ਦਾ ਨਾਂ ਨਹੀਂ ਲੈਂਦਾ ਹੁੰਦਾ ਮਤਲਬ। ਔਰ ਉਹਨੇ ਮੈਨੂੰ ਕਿਹਾ ਕਿ ਯਾਰ ਤੇਰਾ ਗਾਣਾ ਕਿਸੇ ਨੂੰ ਪਤਾ ਜਾਂ ਨਹੀਂ ਪਤਾ, ਬਟ ਸੁੱਖਾ ਦਿੱਲੀ ਵੱਲ ਵੀ ਪੂਰੀ ਦੁਨੀਆ ਜਾਣਦੀ ਆ। ਕਿਆ ਬਾਤ ਹੈ ਨਾ। ਅੱਛਾ, ਤੁਸੀਂ ਨਾਮ ਰੱਖਿਆ ਸੁੱਖਾ ਦਿੱਲੀ ਵਾਲਾ, ਹੈ ਨਾ? ਹਾਂਜੀ। ਤੁਸੀਂ ਬਿਲੋਂਗ ਗੁਰਦਾਸਪੁਰ ਸਾਈਡ ਤੋਂ ਕਰਦੇ ਹੋ? ਹਾਂਜੀ। ਸੁੱਖਾ ਗੁਰਦਾਸਪੁਰ ਦੇ ਨਾਂ ਰੱਖ ਕੇ ਦਿੱਲੀ ਵਾਲਾ ਕਿਉਂ ਰੱਖਿਆ? ਨਹੀਂ, ਅਸਲ 'ਚ ਮੇਰਾ ਰੀਅਲ ਨੇਮ ਜਿਹੜਾ ਸੁਖਵਿੰਦਰ ਸਿੰਘ ਮਾਨ ਆ। ਅੱਛਾ ਜੀ। ਮੇਰਾ ਸੁੱਖਾ ਨਾਮ ਹੀ ਨਹੀਂ ਹੈ। ਅੱਛਾ ਜੀ। ਘਰ ਦਾ ਨਾਮ ਮੇਰਾ ਪੱਪੀ ਆ ਮਤਲਬ। ਹਾਂਜੀ। ਜਦ ਮੈਂ ਮੇਰਾ ਇੱਕ ਗਾਣਾ ਸੀ ਜੱਟਾਂ ਨੇ ਪੀਣੀ ਦਾਰੂ ਪੀਣੀਆਂ ਸਿਰ ਤੋਂ ਵਾਰ ਕੇ, ਔਰ ਉਸ ਤੋਂ ਬਾਅਦ ਯੂਨੀਵਰਸਲ ਮਿਊਜ਼ਿਕ ਇੰਡੀਆ ਕੰਪਨੀ ਹੈਗੀ ਆ, ਉੱਥੋਂ ਮੇਰਾ ਗਾਣਾ ਹੈ ਲੜਕੇ ਦਿਲ ਮੰਗਦੇ, ਔਰ ਚਮੀਕਾ ਸਿੰਘ ਨੇ ਮਿਊਜ਼ਿਕ ਕੀਤਾ, ਔਰ ਮੀਕਾ ਸਿੰਘ ਨੇ ਪਰਫੋਰਮ ਵੀ ਕੀਤੀ ਹੋਈ ਹੈ ਵਿੱਚ ਭਾਅ ਜੀ ਨੇ। ਠੀਕ ਹੈ। ਔਰ ਉਹ ਕੰਪਨੀ ਦੀ ਤਰਫ ਸੇ ਮਤਲਬ ਐਵੇਂ ਹੋਇਆ ਕਿ ਹਾਂ ਇਹ ਸੁੱਖਾ ਨਾਮ ਰੱਖੋ। ਇੱਕ ਤਾਂ ਮੇਰੇ ਤਾਂ ਮੀਕੇ ਭਾਈ ਦੀਆਂ ਸ਼ਕਲਾਂ ਮਿਲਦੀਆਂ ਸੀ, ਅਜੇ ਵੀ 90% ਲੋਕਾਂ ਨੂੰ ਇਹੀ ਹੈ ਕਿ ਅਸੀਂ ਸਕੇ ਭਰਾ ਹਾਂ, ਪਰ ਵਧੀਆ ਦੋਸਤ ਹੈਗੇ ਅਸੀਂ ਮਤਲਬ, ਬਟ ਭਰਾ ਨਹੀਂ ਹੈਗੇ। ਫਿਰ ਸੁੱਖਾ ਜਦ ਮੇਰਾ ਗਾਣਾ ਪੰਜਾਬ 'ਚ ਹਿੱਟ ਹੋਇਆ, ਮੁੰਡਿਆਂ ਨੇ ਠੇਕਾ ਲੈ ਲਿਆ, ਜਾਂ ਗੱਡੀ ਆ ਸ਼ੌਕੀਨ ਜੱਟ ਦੀ, ਇਹ ਵੀ ਨਵੇਂ ਸਾਲ 'ਤੇ ਆਇਆ ਸੀ, ਅਤੇ ਮੈਂ ਪੰਜਾਬ ਜਾਂਦਾ ਸੀ, ਕੌਣ ਆਇਆ? ਸੁੱਖਾ। ਸੁੱਖਾ ਕਿਹੜਾ? ਸੁੱਖਾ ਦਿੱਲੀ ਵਾਲਾ, ਬਸ ਮੈਂ ਰੱਖਿਆ ਨਹੀਂ ਹੋਇਆ ਸੁੱਖਾ ਦਿੱਲੀ ਵਾਲਾ ਰੱਖਿਆ ਮਤਲਬ। ਗਿਆ। ਬਟ ਇਹ ਮੈਨੂੰ ਫਾਇਦਾ ਹੋ ਗਿਆ ਕਿ ਜਿੰਨੇ ਮਰਜ਼ੀ ਸੁੱਖੇ, ਮੈਨੂੰ ਬੜਾ ਚੰਗਾ ਲੱਗਦਾ, ਹੁਣ ਬਹੁਤ ਸਾਰੇ ਐਸੇ ਮੇਰੇ ਸੁੱਖੇ ਹੋਰ ਵੀ ਦੋਸਤ ਆ ਜਿਹਨਾਂ ਨੇ ਆਪਣੇ ਨਾਲ ਵਾਲਾ ਲਾਇਆ, ਮਤਲਬ ਲਾ ਲਓ ਸੁੱਖਾ ਆਲੇ ਚੱਕ ਵਾਲਾ, ਸੁੱਖਾ ਫਲਾਣੇ, ਮੈਨੂੰ ਅੱਛਾ ਲੱਗਦਾ ਮਤਲਬ, ਇਸ ਕਰਕੇ ਸੁੱਖਾ ਦਿੱਲੀ ਵਾਲਾ ਦਿੱਲੀ, ਹਾਂ ਟ੍ਰੈਂਡ ਚੱਲ ਰਿਹਾ ਇਹ ਸੁੱਖੇ ਦਿੱਲੀ ਵਾਲ ਦਾ ਸਟਾਈਲ ਆ ਮਤਲਬ। ਭਾਅ ਜੀ ਬੁਲਟ ਹੋ ਜਾਏ ਫਿਰ ਇੱਕ ਵਾਰੀ ਹੁਣ। ਹਾਂਜੀ। ਉਹ ਚੰਗੇ ਵੇਲੇ ਸੁਣ ਲਈ ਰੱਬ ਨੇ ਮੁੱਗੀ ਤੰਗੀ ਫੰਗੀ, ਗੁੱਟ ਦੇ ਵਿੱਚ ਬ੍ਰੈਸਟਲ ਚਮਕੇ ਯਾਰ ਤੇਰੇ ਦੀ ਚੰਡੀ, ਪੂਰਾ ਮੇਰੇ ਉੱਤੇ ਉਹ ਪੂਰਾ ਮੇਰੇ ਉੱਤੇ ਹੱਥੇ ਕਰ ਤਰਦਾ, ਜੀ ਟੀ ਰੋਡ ਖਾਲੀ ਹੋ ਗਿਆ, ਦੇਖ ਸ਼ੂਕਦਾ ਬੁਲਟ ਤੇਰੇ ਯਾਰ ਦਾ, ਕਿ ਜੀ ਟੀ ਰੋਡ ਖਾਲੀ ਹੋ ਗਿਆ। ਇਹ ਗਾਣਾ ਰਾਣਾ ਵਿੰਡਲ ਵਾਲੇ ਭਾਅ ਜੀ ਨੇ ਲਿਖਿਆ ਹੋਇਆ, ਔਰ ਇਹਦਾ ਮਿਊਜ਼ਿਕ ਜਿਹੜਾ ਹੈਗਾ ਉਹ ਬੰਟੀ ਸਹੂਲਤਾਂ ਨੇ ਕੀਤਾ। ਠੀਕ ਹੈ ਜੀ। ਔਰ ਦੁਬਈ ਦੀ ਇੱਕ ਬਹੁਤ ਵੱਡੀ ਕੰਪਨੀ ਆ ਯੂਨਾਈਟਡ ਫਲਾਈਟ, ਹਾਂਜੀ, ਉਹਨਾਂ ਨੇ ਇਹਦਾ ਵੀਡੀਓ ਕੀਤਾ ਮਤਲਬ। ਕਿਆ ਬਾਤ। ਅੱਛਾ ਭਾਅ ਜੀ, ਇਸ ਗਾਣੇ ਤੋਂ ਬਾਅਦ ਕੀ ਚੇਂਜ ਆਇਆ ਲਾਈਫ ਦੇ ਵਿੱਚ? ਬਹੁਤ ਚੇਂਜ ਆਇਆ ਮਤਲਬ, ਇੱਕ ਤਾਂ ਪੇਮੈਂਟ ਵੱਧ ਗਈ ਹੈ ਨਾ, ਮਤਲਬ ਪਹਿਲਾ ਗਾਣਾ ਸਭ ਤੋਂ ਖੁਸ਼ੀ ਦੀ ਇਹ ਗੱਲ ਹੈ ਕਿ ਜਿੱਦਣ ਮੈਨੂੰ ਕੰਪਨੀ ਨੇ ਕਿਹਾ ਕਿ PTC 'ਤੇ ਗਾਣਾ ਵੱਜ ਰਿਹਾ। ਕਿਆ ਬਾਤ ਹੈ। ਠੀਕ ਹੈ ਜੀ। ਔਰ PTC ਇੱਕ ਪੰਜਾਬੀ ਜਿੰਨੇ ਵੀ ਪੰਜਾਬੀ ਸਿੰਗਰ ਹੈਗੇ ਮੇਰੇ ਭਰਾ, ਮਤਲਬ PTC ਹਰ ਬੰਦੇ ਦੀ ਇੱਕ ਤਵੰਨਾ ਕਿ ਮੇਰਾ ਗਾਣਾ ਵੱਜੇ, ਕਿਉਂਕਿ ਵਰਲਡ ਵਾਈਡ ਚੱਲਦਾ ਹੈਗਾ ਨਾ। ਬਿਲਕੁਲ। ਸਭ ਤੋਂ ਵੱਡਾ ਇਹਦੇ 'ਚ ਪਲੱਸ ਪੁਆਇੰਟ ਆ ਕਿ ਜੋ ਸ਼੍ਰੀ ਹਰਿਮੰਦਰ ਸਾਹਿਬ ਦੀ ਜੋ ਲਾਈਵ ਆਉਂਦੀ ਹੈ ਮਤਲਬ, ਹੈ ਨਾ, ਹਾਂਜੀ, ਤਾਂ ਉਹਦੇ ਕਰਕੇ ਪੂਰੇ ਵਰਲਡ ਦੇ ਵਿੱਚ ਪੰਜਾਬੀ ਦੇਖਦੇ ਆ। ਬਿਲਕੁਲ ਬਿਲਕੁਲ। ਔਰ ਸਿੰਗਰਾਂ ਦਾ ਅਸਲੀ ਮੱਕਾ PTC ਪੰਜਾਬੀ ਹੈ। ਬਿਲਕੁਲ, ਨੋ ਡਾਊਟ ਭਾਅ ਜੀ। ਜਿਵੇਂ ਕਹਿੰਦੇ ਨੇ ਕਿ ਜਦ ਤੱਕ ਮੱਕੇ ਨਹੀਂ ਪਹੁੰਚੋਗੇ ਉਹਦਾ ਦਰਸ਼ਨ ਹੀ ਕਰਦੇ ਜਾਗੇ, ਤਦ ਤੱਕ ਐਂਟਰੀ ਹੋਣੀ ਜ਼ਰੂਰੀ ਹੈ। ਹਾਂ, PTC 'ਤੇ ਐਂਟਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਸੱਚ ਬਾਤ, ਗੱਲ ਇਹ ਹੈਗੀ ਹੈ ਕਿ ਜਦ ਸਾਡਾ ਸ਼ੂਟ ਸੀ ਮਤਲਬ, ਉੱਥੇ ਇੱਕ ਨਾ ਤੁਹਾਡੇ ਪ੍ਰੋਗਰਾਮ ਚੱਲਦਾ, ਇੰਟਰਵਿਊ ਲੈਂਦੇ ਆ ਮਤਲਬ, ਮੈਨੂੰ ਨਾਂ ਨਹੀਂ ਆ ਰਿਹਾ ਪ੍ਰੋਗਰਾਮ ਦਾ, ਰੌਣਕਾਂ ਐਸਾ ਕੁਛ ਮਤਲਬ। ਅੱਛਾ ਜੀ। ਸੂਰੀ ਸਾਹਿਬ ਹੈਗੇ ਉਹਦੇ ਪ੍ਰੋਡਿਊਸਰ ਸ਼ਾਇਦ ਮੇਰਾ ਖਿਆਲ ਹੈ। ਅੱਛਾ ਜੀ। ਉਹਨਾਂ ਨੇ ਮੇਰੀ ਅਤੇ ਰਾਖੀ ਸਾਹਿਬ ਦੀ ਇੰਟਰਵਿਊ ਕੀਤੀ ਉੱਥੇ ਮਤਲਬ, ਤੁਸੀਂ ਯਕੀਨ ਕਰੋ ਕਿ ਮੈਨੂੰ ਇੰਨਾ ਕੁ ਚਾਅ ਚੜਿਆ ਹੋਇਆ ਸੀ ਨਾ ਕਿ ਜਿਵੇਂ ਪਤਾ ਨਹੀਂ ਮੈਨੂੰ ਕੀ ਹੋਇਆ ਮਤਲਬ, ਮੈਂ ਫਟਾਫਟ ਵੀਡੀਓ ਐਵੇਂ ਕਰਕੇ ਕਲਿੱਕ ਕਰਕੇ ਦੋ PTC ਦਾ ਉਹ ਲੋਗੋ 'ਤੇ ਮਾਰਿਆ ਮਤਲਬ, ਹੈ ਨਾ। ਫਿਰ ਆਪਣੇ ਮੈਂ ਦੋਸਤਾਂ ਨੂੰ ਘੈਂਟ ਘੈਂਟ ਦੋਸਤ ਜਿਹੜੇ ਮੇਰੇ ਹੈਗੇ ਮਤਲਬ, ਉਹਨਾਂ ਨੂੰ ਦੱਸਿਆ ਯਾਰ ਮੇਰਾ PTC 'ਤੇ ਗਾਣਾ ਆਇਆ। ਕੀ ਬਾਤ ਹੈ, ਹੈ ਨਾ। ਅਤੇ ਮਤਲਬ ਬਾ ਕਮਾਲ ਚੈਨਲ ਆ। ਬਿਲਕੁਲ ਭਾਅ ਜੀ, ਬਿਲਕੁਲ, ਹੈ ਨਾ। ਜਿੰਨਾ PTC ਚੱਲਦਾ ਉਨਾ ਚੱਕ ਦੇ ਚੱਲਦਾ। ਸਾਡੇ ਘਰ ਤਾਂ ਹੁਣ ਤਿੰਨੇ ਕੈਮਰਾ, ਤਿੰਨ ਸਾਡੇ TV ਹੈਗੇ ਮਤਲਬ, ਇੱਕ ਤਾਂ PTC, ਇੱਕ ਤਾਂ PTC ਨਿਊਜ਼, ਔਰ ਇੱਕ, ਹਾਂ, ਕਿਉਂਕਿ ਕਿਹੜੇ ਪਾਸੇ ਗਾਣਾ, ਹਾਂ, ਫਿਰ ਚਾਹ ਜਾ ਹੋਰ ਕਿਸੇ ਚੈਨਲ 'ਤੇ ਗਾਣਾ ਵੀ ਉਹਨਾਂ ਚਾਹ ਨਹੀਂ ਆਉਂਦਾ, ਕਿਉਂਕਿ ਵੱਡੇ ਵੱਡੇ ਚੈਨਲ ਜਿਹੜੇ ਹੋਰ ਚੈਨਲ ਹੈਗੇ ਆ ਮੇਰੇ ਗਾਣੇ ਆਮ ਚੱਲਦੇ ਉੱਥੇ ਮਤਲਬ, ਬਟ PTC ਸਮਝ ਲਓ ਕਿ
ਕਿਆ ਬਾਤ ਹੈ। ਦੇਖੋ ਜੀ, ਇਹ ਉਹ ਪਲੈਟਫਾਰਮ ਭਾਅ ਜੀ ਪੀਟੀਸੀ ਜਿੱਥੇ ਨਹੀਂ ਤਾਂ ਤੇਜ਼ਪੁਰ ਥੋੜ੍ਹੀ ਐਵੇਂ ਤੇਜ਼ਪੁਰ ਲੋਕ ਪੀਟੀਸੀ ਦੇਖਦੇ ਆ। ਹਾਂਜੀ, ਜਦੋਂ ਮੈਂ ਕਿਹਾ ਉਹ ਦੇਖ ਸ਼ੂਕ ਦਾ ਬੁਲਟ ਤੇਰੇ ਯਾਰ ਦਾ, ਮੈਂ ਕਿਹਾ ਮੈਂ ਬੋਲਿਆ ਨਹੀਂ ਬਾਈ ਗੁਡ, ਬਿਲਕੁਲ ਨਹੀਂ ਬੋਲਿਆ। ਉਹਨਾਂ ਕਹਾ ਉਹ ਜੀ ਟੀ ਰੋਡ, ਕੁਛ ਲੋਕਾਂ ਨੇ ਲਾ ਲਓ, 10 ਲੋਕਾਂ ਨੇ ਬੋਲਿਆ, ਇਹਦਾ ਮਤਲਬ ਕਿ ਤੇਜ਼ਪੁਰ ਆਸਾਮ ਦੇ ਵਿੱਚ ਲੋਕ ਪੀਟੀਸੀ ਦੇਖਦੇ ਆ। ਬਿਲਕੁਲ ਬਿਲਕੁਲ, ਹੈ ਨਾ। ਮੈਂ USA ਫੋਨ ਕੀਤਾ, ਉਹ ਇੱਕ ਮੇਰਾ ਦੋਸਤ ਆ ਮਤਲਬ ਹੀਰ, ਹਾਂਜੀ, ਅਤੇ ਉਹਨਾਂ ਦੇ ਅੱਗੇ ਦੋਸਤ ਹੈ। ਉਹਨਾਂ ਨੇ ਮੈਨੂੰ ਕਿਹਾ ਕਿ ਦੀਪੂ ਉਹਨਾਂ ਦਾ ਨਾਂ ਆ, ਟਰਾਂਸਪੋਰਟਰ ਨੇ, ਔਰ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਯਾਰ ਕਹਿੰਦਾ ਭਾਅ ਜੀ ਅਮੈਰੀਕਾ ਦੇ ਵਿੱਚ ਤਾਂ ਬੱਲੇ ਬੱਲੇ ਹੋ ਰੱਖੀ ਆ। ਮੈਂ ਕਿਹਾ ਯਾਰ ਉਹ ਗੱਲਾਂ ਸਾਰੀਆਂ ਛੱਡ, ਮੈਨੂੰ ਇਹ ਦੱਸ ਕਿ PTC ਤੁਹਾਡੇ ਚੱਲਦਾ? ਕਹਿੰਦਾ ਹਾਂਜੀ ਭਾਅ ਜੀ ਚੱਲਦਾ। ਮੈਂ ਕਿਹਾ ਤੁਸੀਂ ਇਹ ਗਾਣਾ ਦੇਖਿਆ? ਕਹਿੰਦਾ ਭਾਅ ਜੀ ਬਾ ਕਮਾਲ, ਮੈਂ ਦੇਖਿਆ। ਉਹ ਮੈਂ ਕਿਹਾ ਭਾਅ ਜੀ ਇਹ ਦੱਸੋ ਮੈਨੂੰ, PTC ਦੇਖਿਆ ਕਿ ਜਾਂ YouTube 'ਤੇ ਦੇਖਿਆ? ਕਹਿੰਦਾ ਭਾਅ ਜੀ ਮੈਂ YouTube 'ਤੇ ਦੇਖਿਆ, PTC ਵੀ ਦੇਖਿਆ। ਸਹੀ। ਫਿਰ ਉਹਨੂੰ ਮੈਂ ਕਿਹਾ, ਮੈਂ ਕਿਹਾ ਉੱਥੋਂ ਨਾ ਇਹਦੀ ਵੀਡੀਓ ਬਣਾ ਕੇ ਭੇਜ ਮੈਨੂੰ। ਮੈਂ ਕਿਹਾ ਸ਼ਾਇਦ ਮੇਰਾ ਦਿਲ ਨਾ ਰੱਖਦਾ ਹੋਵੇ ਮਤਲਬ। ਨਹੀਂ ਨਹੀਂ ਸਹੀ, ਬਾ ਕਮਾਲ PTC ਚੈਨਲ, ਔਰ ਪੰਜਾਬੀਆਂ ਦਾ ਬਹੁਤ ਵੱਡਾ ਪਲੇਟਫਾਰਮ ਹੈ ਮਤਲਬ। ਥੈਂਕ ਯੂ ਸੋ ਮਚ ਜੀ। ਹੋਰ ਵੀ ਗੱਲਾਂ ਬਾਤਾਂ ਕਰਾਂਗੇ ਭਾਅ ਜੀ, ਉਸ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਬ੍ਰੇਕ ਲੈਂਦੇ ਆ ਜੀ। ਸੋਹਣੇ ਮਿਲਦੇ ਜੀ ਇੱਕ ਨਿੱਕੇ ਜੇ ਛੋਟੇ ਜੇ ਨੰਨੇ ਜੇ ਪੈਰ ਜੇ ਬ੍ਰੇਕ ਦੇ ਸਪਾਰ। ਵੈਲਕਮ ਬੈਕ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਸਭ ਦਾ PTC ਸਪੋਟਲਾਈਟ ਦੇ ਵਿੱਚ। ਅੱਛਾ ਭਾਅ ਜੀ, ਇਹ ਦੱਸੋ ਕਿ ਪਰਸਨਲ ਲਾਈਫ ਦੇ ਵਿੱਚ ਗਾਇਕੀ ਤੋਂ ਇਲਾਵਾ ਹੋਰ ਕੀ ਕੀ ਕਰਨਾ ਪਸੰਦ ਹੈ ਤੁਹਾਨੂੰ? ਮੈਨੂੰ ਦੀ ਭਾਅ ਜੀ ਅਸਲ 'ਚ ਗਾਉਣ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਆਉਂਦਾ। ਅੱਛਾ, ਕੁਛ ਵੀ ਨਹੀਂ ਆਉਂਦਾ ਮਤਲਬ? ਰੋਟੀ ਮੈਂ ਬਣਾ ਲੈਂਦਾ ਹੁੰਦਾ, ਮਤਲਬ ਹਲਕੀ ਫੁਲਕੀ ਟੁੱਟੀ ਫੁੱਟੀ ਸਬਜ਼ੀ ਬਣਾ ਲੈਂਦਾ ਹੁੰਦਾ। ਇਹ ਤੋਂ ਇਲਾਵਾ ਮੈਨੂੰ ਸਵੇਰੇ ਉੱਠਦਾ, ਮੈਂ 5 ਵਜੇ ਮੇਰਾ ਉੱਠਣ ਦਾ ਮਤਲਬ 5 ਵਜੇ ਉੱਠ ਕੇ ਸ਼ੇਪ ਜ਼ਰੂਰੀ ਹੈ ਕਿ ਵਾਈਟ ਵਾਲ ਨਾਲ ਨਜ਼ਰ ਆਉਣ ਮਤਲਬ, ਔਰ ਨਹੀਂ ਹਲੇ ਜਵਾਨੀ ਕਾਇਮ ਹੈ। ਔਰ ਉਹ ਤੋਂ ਬਾਅਦ ਚਾਹ ਨਹੀਂ ਮੈਂ ਪੀਂਦਾ ਹੁੰਦਾ ਮਤਲਬ। ਅੱਛਾ ਜੀ। ਫਿਰ ਥੋੜ੍ਹਾ ਰਿਆਜ਼, 10 ਮਿੰਟ ਜਾਂ ਅੱਧਾ ਘੰਟਾ ਜੋ ਵੀ, ਹੈ ਨਾ। ਹਾਂਜੀ। ਅਤੇ ਬਸ ਜਾਂ ਕਿਤੇ ਸ਼ੋਅ 'ਤੇ ਜਾਂ ਕਿਤੇ, ਮੈਨੂੰ ਕੁਛ ਵੀ ਨਹੀਂ ਆਉਂਦਾ ਹੋਰ ਇਸ ਤੋਂ ਇਲਾਵਾ। ਬਟ ਫਿਰ ਵੀ ਕੋਈ ਸ਼ੌਂਕ, ਕੋਈ ਖੇਡਣ ਦਾ, ਕੋਈ ਕੋਈ ਵੀ ਸ਼ਾਇਰੀ ਲਿਖਣ ਦਾ, ਕੋਈ ਭਲਵਾਨੀ ਕਰਨ ਦਾ, ਜਿਮ ਦਾ, ਕੋਈ ਵੀ ਸ਼ੌਂਕ? ਨਹੀਂ ਭਾਅ ਜੀ, ਸੱਚ ਗੱਲ ਮੈਨੂੰ ਵਾਕ ਕਰਨ ਦਾ ਸ਼ੌਂਕ ਆ ਮਤਲਬ। ਵਾਕ ਮੈਂ ਕਰਦਾ ਹੁੰਦਾ ਸਵੇਰੇ ਵੀ ਔਰ ਸ਼ਾਮ ਨੂੰ ਵੀ। ਸਹੀ ਹੈ, ਹੁਣ ਛੱਡੀ ਹੋਈ ਹੈ ਇਸ ਕਰਕੇ ਥੋੜ੍ਹਾ ਵਜ਼ਨ, ਨਵਾਂ ਗਾਣਾ ਆ ਰਿਹਾ ਉਸ ਕਰਕੇ ਥੋੜ੍ਹਾ ਵਜ਼ਨ ਵਧਾਇਆ। ਕਿਆ ਨਵਾਂ ਗਾਣਾ ਆ ਰਿਹਾ ਭਾਅ ਜੀ, ਕਿਹੜਾ ਆ ਰਿਹਾ ਦੱਸੋ? ਨਵਾਂ ਗਾਣਾ ਐਸਾ ਇੱਕ ਪਹਿਲਵਾਨ ਵਰਲਡ ਦੇ ਵਿੱਚ ਜਿਹੜਾ ਕਦੇ ਵੀ ਨਹੀਂ ਹਰਿਆ ਛੋਟਾ ਹੁੰਦੇ ਜੀ, ਉਹਦਾ ਨਾਂ ਹੈਗਾ, ਮੈਂ ਦੱਸਾਂ ਭਾਅ ਜੀ, ਮੈਨੂੰ ਲੱਗਦਾ ਤੁਸੀਂ ਗਾਮਾ ਜੀ ਦੀ ਗੱਲ ਕਰ। ਬਿਲਕੁਲ ਬਿਲਕੁਲ ਭਾਅ ਜੀ, ਗਾਮਾ ਪਹਿਲਵਾਨ ਜੋ ਹੈ ਉਹਦਾ ਅਸੀਂ ਪਹਿਲਾਂ ਪੂਰਾ ਰਿਸਰਚ ਕੀਤਾ ਕਿ ਗਾਮਾ ਪਹਿਲਵਾਨ ਜੋ ਹੈਗਾ ਉਹਦਾ ਨਾਮ ਮੁਹੰਮਦ ਮੁਸਲਿਮ ਫੈਮਿਲੀ ਨੂੰ, ਕਸ਼ਮੀਰੀ ਮੁਸਲਿਮ ਫੈਮਿਲੀ ਨੂੰ ਬਿਲੋਂਗ ਕਰਦਾ ਮਤਲਬ। ਬਟ ਉਹਦਾ ਬਰਥ ਜਿਹੜਾ ਜੱਬੋਵਾਲ ਪਿੰਡ ਹੈ ਉਹਦਾ ਅੰਮ੍ਰਿਤਸਰ, ਹਾਂਜੀ ਅੰਮ੍ਰਿਤਸਰ ਉਹਦਾ ਡਿਸਟ੍ਰਿਕਟ ਹੈਗਾ। ਅਤੇ ਪੂਰਾ ਰਿਸਰਚ ਕਰਕੇ ਰਾਣਾ ਵਿੰਡਲਵਾਲ ਭਾਈ ਨੇ ਇਹ ਗਾਣਾ ਲਿਖਿਆ ਮਤਲਬ, ਔਰ ਬਾ ਕਮਾਲ ਟਰੈਕ ਹੈ। ਕੀ ਪਹਿਲਾਂ ਟਾਈਟਲ ਕੀ ਹੈਗਾ ਭਾਅ ਜੀ ਉਹਦਾ? ਮੈਂ ਹੂੰ ਗਾਮਾ ਸਿੰਘ, ਮੈਂ ਹੂੰ ਗਾਮਾ ਸਿੰਘ, ਮੈਂ ਹੂੰ ਗਾਮਾ ਸਿੰਘ। ਕਿਆ ਬਾਤ ਹੈ ਵੀ, ਗਾ ਕੇ ਸੁਣਾਓਗੇ ਫਿਰ ਕਿ ਨਹੀਂ? ਮੈਂ ਕਹਿੰਦਾ ਯਾਰ ਆ ਸੁਣਾ ਦੇਣਾ। ਚਲੋ। ਜਿਸ ਧਰਤੀ 'ਤੇ ਜਨਮ ਲਿਆ ਹੈ ਉਹ ਹੈ ਹਿੰਦੁਸਤਾਨ, ਰਾਜਗੁਰੂ ਸੁਖਦੇਵ ਭਗਤ ਸਿੰਘ ਊਧਮ ਸਿੰਘ ਬਲਵਾਨ। ਗਾਮਾ ਕਹਿ ਰਿਹਾ, ਜੋ ਸਿਰ 'ਤੇ ਕੱਫਨ ਬੰਨ ਲੜੀ ਉਹ ਝਾਂਸੀ ਦੀ ਰਾਣੀ ਸੀ, ਚੰਦਰ ਸ਼ੇਖਰ ਯਾਦ ਮਦਨ ਲਾਲ ਸਰਾਭਾ ਦੀ ਕੁਰਬਾਨੀ ਸੀ, ਮੇਰੇ ਭਾਰਤ ਦੀ ਧਰਤੀ ਦਾ ਨਾਂ ਦੁਨੀਆਂ 'ਤੇ ਸਾਨੀ, ਉਹ ਜਲਿਆਂ ਵਾਲੇ ਬਾਗ ਦੀ ਜਰਾ ਯਾਦ ਕਰੋ ਕੁਰਬਾਨੀ, ਸ਼ਿਵਾ ਜੀ ਮਰਾਠਾ ਮਹਾਰਾਜਾ ਰਣਜੀਤ ਸਿੰਘ ਸਿਰ ਤਲੀ 'ਤੇ ਧਰ ਕੇ ਲੜਿਆ ਵੋ ਬਾਬਾ ਹੈ ਦੀਪ ਸਿੰਘ। ਗਾਮਾ ਕਹਿ ਰਿਹਾ, ਮੈਂ ਵੀ ਉਸ ਧਰਤੀ ਦਾ ਜੰਮਿਆ, ਮੈਂ ਵੀ ਉਸ ਧਰਤੀ ਦਾ ਜੰਮਿਆ ਜੋ ਭਾਰਤ ਦੀ ਹੈ ਸ਼ਾਨ, ਮੈਨੂੰ ਗਾਮਾ ਗਾਮਾ ਆਖਦੇ, ਮੈਂ ਹੂੰ ਗਾਮਾ ਸਿੰਘ, ਮੈਂ ਹੂੰ ਗਾਮਾ ਸਿੰਘ। ਵਾਹ ਜੀ ਵਾਹ, ਬੜੀ ਬੜੀ ਵੇਰੀਏਸ਼ਨ ਬੜੀ ਲੈ ਕੇ ਆਇਓ। ਹਾਂਜੀ, ਰਾਣਾ ਭਾਈ ਦਾ ਕਮਾਲ ਹੈ ਜੀ। ਕਿਆ ਬਾਤ! ਅੱਛਾ, ਇਹ ਤੈਅ ਕਿ ਵੀ ਅੱਗੇ ਸਾਰੇ ਬੀਟ ਗਾਣੇ ਆ ਰਹੇ, ਕੁਛ ਕੁਛ ਹੋਰ ਵੀ ਚੇਂਜ ਲਿਆਓਗੇ ਕੁਛ ਆਪਣੇ? ਭਾਅ ਜੀ, ਸੁੱਖੇ ਦਿੱਲੀ ਵਾਲਾ ਇੱਕੋ ਸਟਾਈਲ ਆ ਬੀਟ। ਕਿਆ ਬਾਤ ਹੈ, ਉਹੀ ਮਿਲੇਗਾ ਮੈਨੂੰ। ਮੈਂ ਵੈਸੇ ਆਪਣੀ ਰੂਹਦਾਰੀ ਕਰ, ਮੈਂ ਘਰੇ ਗਾ ਲੈਣਾ ਹੁੰਦਾ ਸੈਡ ਸੌਂਗ ਮਤਲਬ, ਹੈ ਨਾ, ਜਾਂ ਕੋਈ ਮਹਿਫਲ 'ਚ ਮੈਂ ਗਾਉਂਦਾ ਮਤਲਬ। ਹਾਂਜੀ, ਜਿਵੇਂ ਸੈਡ ਸੌਂਗ ਗਾਉਂਦਾ, ਇਹ ਘੜਾ ਗਾਣਾ ਮੇਰਾ ਆ ਰਿਹਾ ਵੈਸੇ, ਘੜਾ। ਅੱਛਾ ਜੀ, ਉਹ ਸੈਡ ਹੈ? ਬਿਲਕੁਲ ਸੈਡ ਸੌਂਗ ਹੈ ਘੜਾ। ਇੱਕ ਐਸਾ ਹੈਗਾ ਮਤਲਬ, ਇੱਕ ਕੁੜੀ ਦੇ ਮੁੰਡੇ ਦਾ ਆਪਸ 'ਚ ਪਿਆਰ ਚੱਲਦਾ ਹੁੰਦਾ। ਹਾਂਜੀ। ਅਤੇ ਕੁੜੀ ਦਾ ਹੋ ਜਾਂਦਾ ਵਿਆਹ, ਮੁੰਡਾ ਪਿੱਛੋਂ ਜ਼ਹਿਰ ਖਾ ਕੇ ਮਰ ਜਾਂਦਾ। ਅੱਛਾ। ਔਰ 80-90 ਸਾਲ ਜਾਂ 200 ਸਾਲ ਪੁਰਾਣੀ ਸਟੋਰੀ ਦਿਖਾਉਣੀ, ਇਹ 'ਚ ਕੋਈ ਉਹ ਨਹੀਂ ਹੋਏਗਾ ਮਤਲਬ, ਬਿਜਲੀ ਤਾਰ ਹੀ ਦਿਖਾਉਣੀ। ਉਹ ਜਦੋਂ ਕੁੜੀ ਦੂਜੇ ਤੀਜੇ ਦਿਨ ਫੇਰਾ ਪਾਉਣ ਆਉਂਦੀ ਹੈ, ਟਾਂਗੇ 'ਤੇ ਆਉਂਦੀ ਹੁੰਦੀ ਹੈ ਮਤਲਬ, ਕੱਚਾ, ਉੱਥੇ ਇੱਕ ਮੰਦਰ ਹੁੰਦਾ, ਮੰਦਰ ਦੇ ਵਿੱਚ ਜੰਗਲ ਬੜਾ ਘਣਾ ਜਿਹਾ ਜੰਗਲ ਹੈ ਮਤਲਬ, ਉਹਦੇ 'ਚ ਇੱਕ ਮੰਦਰ ਆ, ਮੰਦਰ 'ਚ ਇੱਕ ਪਿੱਪਲ ਦਾ ਬੂਟਾ। ਉਹ ਕੁੜੀ ਦੀ ਸਹੇਲੀ ਜਿਹੜੀ ਡੰਗਰ ਚਾਰਦੀ ਹੁੰਦੀ ਆ, ਉਹ ਪੁੱਛਦੀ ਆ ਕਿ ਮੇਰੇ ਉਹਦਾ ਕੀ ਹਾਲ ਆ, ਉਹਨੂੰ ਨਹੀਂ ਪਤਾ ਕਿਉਂ ਮਰ ਗਿਆ। ਫਿਰ ਉਹਨੂੰ ਇਹ ਕਹਿ ਰਹੀ ਹੈ, ਉਹ ਕਹਿੰਦੀ ਉਹ ਹੈ ਕਿੱਥੇ ਇਸ ਵੇਲੇ? ਉਹ ਸਹੇਲੀ ਉਹਦੀ ਕਹਿੰਦੀ ਆ ਕਿ ਵਿਆਹ ਮਗਰੋਂ ਅੱਜ ਪਹਿਲੀ ਵਾਰੀ ਪਿੰਡ ਆਪਣੇ ਨੂੰ ਜਾਣਾ, ਜਿੱਥੇ ਤੈਨੂੰ ਸਭ ਨੇ ਮਿਲਣਾ, ਨਾ ਲੱਭਣਾ ਯਾਰ ਪੁਰਾਣਾ, ਜਿਸ ਨੂੰ ਤੂੰ ਬਣਨਾ ਗਨ ਜ਼ਹਿਰੀ, ਵਿਆਹ ਵਾਲੇ ਦਿਨ ਡੰਗਿਆ ਉਹਦੇ ਫੁੱਲ ਕੜੇ ਵਿੱਚ ਪਾਏ,
ਕੜਾ ਪਿੱਪਲ ਤੇ ਟੰਗਿਆ ਏ ਉਹਦੇ ਫੁੱਲ ਕੜੇ ਵਿੱਚ ਪਾਏ ਕੜਾ ਪਿੱਪਲ ਤੇ ਟੰਗਿਆ ਏ चलो भाजी साढ़े वालों बहुत सारे तुम्हें शुभकामनावां कि अगे आने वाले तुहाडे गाने सुपर डुपर हिट होण और सुखे दिली वाले दा नाम होर बने चढ़ते कला। चलो भाजी थैंक यू सो मच साढ़े शो दे विच आउण दे लई। थैंक यू भाजी, थैंक यू, मैनू बड़ा चंगा लगा पीटीसी पंजाबी ते आके और दिल्ली। वैसे मैनू चंडीगढ़ कहा गया सी। अच्छा जी, चंडीगढ़ मैं जाना, थोड़ा पंजाब घूम लेना सी मतलब, बट दिल्ली चलो मैं हूँ मुंबई तो आया। अगले गाने घुमा देंगे भाजी, कोई बिल्कुल बिल्कुल। और मैं सारे दर्शकों एक कहूँगा अपने प्यारे प्यारे दर्शकों कि मेरा गाना इस वे पीटी से ठा ठा चल रहा, मैंने सुखा सुखा दिल्ली वाला कहन सुनी है। प्लीज़ जिमें बुलेट में प्यार किया उ मतलब अगे वाले गाने भी प्यार करो। हाँ जी हाँ जी हाँ जी, थैंक यू सो मच भाजी। थैंक यू भाई, थैंक यू, थैंक यू।